ऋषि नगर स्थित अशोक नगर इलाके में घर के बाहर मां के साथ सो रही बच्ची के अपहरण की कोशिश करने वाले आरोपित को थाना बीएयू पुलिस ने गिरफ्तार कर लिया। आरोपित घर के बाहर मां के साथ सो रही बच्ची को उठाकर रेड़े में रखकर भागने की फिराक में था। इस दौरान बच्ची की मां की नींद खुल गई और उसने उसी समय शोर मचाना शुरू कर दिया। मां का शोर सुनते ही अपहरणकर्ता बच्ची को छोड़ मौके से फरार हो गया। शोर सुनते ही इलाकावासी बाहर आ गए और इसकी सूचना पुलिस को दे दी। ਜੇ ਰਾਤ ਸਾਨੂੰ ਇਨਫੋਰਮੇਸ਼ਨ ਮਿਲੀ ਸੀ, ਇੱਕ ਪਰਿਵਾਰ ਹੈ ਜਿਨ੍ਹਾਂ 'ਚ ਇੱਕ ਬੱਚੀ ਹੈਗੀ 4 ਸਾਲ ਦੀ, ਉਹ ਆਪਣੀ ਮਦਰ ਅਤੇ ਆਪਣੀ ਨਾਨੀ ਨਾਲ ਗਰਮੀ ਜ਼ਿਆਦਾ ਹੋਣ ਕਰਕੇ ਘਰ ਦੇ ਬਾਹਰ ਸੁੱਤੇ ਹੋਏ ਸੀ। ਅਤੇ ਇੱਕ ਆਦਮੀ ਹੈ ਜੋ ਤਕਰੀਬਨ 35 ਤੋਂ 40 ਸਾਲ ਜਿਸਦੀ ਉਮਰ ਹੈ, ਉਹ ਮੌਕੇ 'ਤੇ ਆਇਆ। ਪਹਿਲੇ ਉਹ ਬੱਚੀ ਨੂੰ ਦੇਖ ਕੇ ਗਿਆ, ਫਿਰ ਇੱਕ ਰੇੜਾ ਲੈ ਕੇ ਆਇਆ ਅਤੇ ਬੱਚੀ ਨੂੰ ਚੱਕ ਕੇ ਲੈ ਕੇ ਜਾ ਰਿਹਾ ਸੀ ਕਿ ਮਾਂ ਦੀ ਜਾਗ ਹੋਈ ਸੀ। ਉਹਨਾਂ ਨੇ ਕੀ ਕਹਿੰਦੇ ਰੌਲਾ ਪਾ ਤੇ ਅਤੇ ਬੱਚੀ ਨੂੰ ਆਪਣੇ ਕੋਲ ਕਾਬੂ ਪਾ ਲਿਆ ਅਤੇ ਉਹ ਮੌਕੇ ਤੋਂ ਭੱਜ ਗਏ ਸੀ। ਉਸ ਤੋਂ ਬਾਅਦ ਜਿਹੜੇ ਪਬਲਿਕ ਨੇ ਇਹਨੂੰ ਕੀ ਕਹਿੰਦੇ ਰੌਲਾ ਪਾ ਲਿਆ ਸੀ, ਅਸੀਂ ਮੌਕੇ 'ਤੇ ਜਾ ਕੇ ਇਹਨੂੰ ਗ੍ਰਿਫਤਾਰ ਕਰ ਲਿਆ। ਜਿਹੜੀ ਆਪਾਂ ਬਣਦੀ ਕਾਰਵਾਈ ਆਪਾਂ ਕਰਦੇ ਪਏ ਹਾਂ।